ਪਬਲਿਕ ਕਾਲਜ ਸਮਾਣਾ ਦੀ 55ਵੀਂ ਖੇਡ ਐਥਲੀਟ ਮੀਟ ਸ਼ੁਰੂ ਹੋਈ ਹੈ, ਜਿਸ ਦਾ ਉਦਘਾਟਨ SDM ਸਮਾਣਾ ਏਵਮ ਕਾਲਜ ਦੀ ਵਾਈਸ ਚੇਅਰਮੈਨ ਰੀਚਾ ਗੋਇਲ ਵੱਲੋਂ ਕੀਤਾ ਗਿਆ। ਉਹਨਾਂ ਨੇ ਇਸ ਮੌਕੇ 'ਤੇ ਕਿਹਾ ਕਿ ਖੇਡਾਂ ਦੇ ਨਾਲ ਜਿਹੜਾ ਵਿਦਿਆਰਥੀ ਹੈ ਉਸ ਕੀ ਸਿਹਤ ਤੰਦਰੁਸਤ ਰਹਿੰਦੀ ਹੈ, ਉਸਕਾ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਉਸਨੂੰ ਖੇਡਾਂ ਦੀ ਬਦੌਲਤ ਰੁਜ਼ਗਾਰ ਵੀ ਮਿਲਦਾ। ਪਬਲਿਕ ਕਾਲਜ ਦੇ ਜਿਹੜੇ ਵਿਦਿਆਰਥੀ ਹੈ ਖਿਡਾਰੀ ਹੈ ਉਹਨਾਂ ਨੇ ਇੰਟਰਨੈਸ਼ਨਲ ਲੈਵਲ 'ਤੇ ਵੀ ਖੇਡਾਂ ਦਾ ਇੱਕ ਚੰਗਾ ਪ੍ਰਦਰਸ਼ਨ ਕੀਤਾ ਹੈ। ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਬੱਚੇ ਜੇ ਖੇਡਾਂ ਨਾਲ ਜੁੜਦੇ ਹੈ ਤਾਂ ਇੱਕ ਚੰਗਾ ਸੰਕੇਤ ਹੈ। ਜਿਹੜੇ ਵਿਦਿਆਰਥੀ ਖਿਡਾਰੀ ਚੰਗਾ ਖੇਡੇ ਉਹਨਾਂ ਨੂੰ ਆ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ 'ਤੇ ਕਾਲਜ ਕੇ ਕਾਰਜਕਾਰੀ ਪ੍ਰਿੰਸੀਪਲ ਰਤਨ ਕੁਮਾਰ ਅਤੇ ਮੈਨੇਜਮੈਂਟ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ ਬੜੈਚ ਅਤੇ ਪ੍ਰੋਫੈਸਰ ਅਤੇ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ। ਮੈਡਮ ਨਾਲ ਗੱਲਬਾਤ ਕਰਦੇ ਹਾਂ। ਮੈਡਮ, ਅੱਜ ਖੇਡ ਮੇਲੇ 'ਚ ਆਏ ਹੋ, ਕਿਆ ਤੁਸੀਂ ਕਹੋਗੇ? ਜਿਹੜਾ ਅੱਜ ਦਾ ਦਿਨ ਹੈ ਬਹੁਤ ਹੀ ਸਾਰੇ ਮੈਂ ਕਾਲਜ ਦੇ ਪ੍ਰਸ਼ਾਸਨ ਜਿਹੜੇ ਹੈਗੇ ਆ ਵਧਾਈ ਦੇ ਪਾਤਰ ਨੇ। ਸੈਕਟਰੀ ਸਾਹਿਬ ਖੜ੍ਹੇ ਆ, ਪ੍ਰਿੰਸੀਪਲ ਸਾਹਿਬ ਹੈ, ਸਾਰੇ ਫੈਕਲਟੀ, ਸਪੋਰਟਸ ਟੀਚਰ, ਸਾਰੇ ਸਟੂਡੈਂਟ, ਸਾਰੇ ਵਧਾਈ ਦੇ ਪਾਤਰ ਨੇ ਕਿ ਪਬਲਿਕ ਕਾਲਜ ਸਮਾਣਾ ਦੇ ਵਿਦਿਆਰਥੀ ਖੇਡਾਂ ਦੇ ਫੀਲਡ 'ਚ ਬਹੁਤ ਐਕਸੈਲ ਕਰ ਰਹੇ ਨੇ। ਪ੍ਰਿਯੰਕਾ ਗੋਸਵਾਮੀ ਜਿਵੇਂ ਕਿ ਪ੍ਰਿੰਸੀਪਲ ਸਾਹਿਬ ਦੱਸ ਰਹੇ ਸੀ, ਓਲੰਪਿਕਸ 2023 'ਚ ਸਿਲੈਕਸ਼ਨ ਹੋਈ ਹੈ, ਬਹੁਤ ਹੀ ਮਾਣ ਦੀ ਗੱਲ ਹੈ। ਇੱਕ ਇਸ ਛੋਟੇ ਜਿਹੇ ਇਲਾਕੇ 'ਚੋਂ ਆਪਾਂ ਇੱਕ ਇੰਡੀਆ ਲੈਵਲ 'ਤੇ, ਇੰਟਰਨੈਸ਼ਨਲ ਲੈਵਲ 'ਤੇ ਰੀਪ੍ਰਜੈਂਟ ਕਰ ਰਹੇ ਹਾਂ ਦੇਸ਼ ਨੂੰ, ਬਹੁਤ ਹੀ ਇਹ ਗੌਰਵ ਵਾਲੀ ਗੱਲ ਹੈ ਸਾਰਿਆਂ ਲਈ। ਜਿਹੜਾ ਅੱਜ ਕੱਲ੍ਹ ਦਾ ਦੌਰ ਹੈ ਜਿਵੇਂ ਕਿ ਬੱਚੇ ਨਸ਼ਿਆਂ ਵੱਲ ਨੂੰ ਜਾ ਰਹੇ ਨੇ, ਇਸ ਦੌਰ 'ਚ ਜੇ ਆਪਾਂ ਸਪੋਰਟਸ ਵਿੱਚ ਐਨਰਜੀ ਲਗਾ ਰਹੇ ਨੇ ਬੱਚੇ, ਉਹਨਾਂ ਜਿਹੜੀ ਉਹਨਾਂ ਦੀ ਫਿਜ਼ੀਕਲ ਮੈਂਟਲ ਡਿਵੈਲਪਮੈਂਟ ਜਿਹੜੀ ਹੈਗੀ ਹੈ, ਉਹ ਜਿਹੜੀ ਡਿਵੈਲਪਮੈਂਟ ਹੈ ਉਹ ਗਰੋਥ ਅੱਛੀ ਹੋਊਗੀ। ਡਿਸਿਪਲਿਨ, ਟੋਲਰੈਂਸ, ਇਹੋ ਜਿਹੇ ਸਾਰੇ ਗੁਣ ਵਿਅਕਤੀ ਦੇ ਪਰਸਨੈਲਿਟੀ ਡਿਵੈਲਪਮੈਂਟ ਹੁੰਦੀ ਹੈ ਇਸ ਚੀਜ਼ ਨਾਲ। ਅਤੇ ਸਪੋਰਟਸ ਦਾ ਤਾਂ ਬਹੁਤ ਹੀ ਅਹਿਮ ਰੋਲ ਹੈ ਅਕੈਡੈਮਿਕਸ ਦੇ ਨਾਲ ਨਾਲ ਸਪੋਰਟਸ 'ਚ, ਜੇ ਬੱਚੇ ਜਿਸ ਤਰ੍ਹਾਂ ਇਹ ਮਿਹਨਤ ਕਰ ਰਹੇ ਨੇ ਤਾਂ ਮੈਨੂੰ ਇਹ ਲੱਗਦਾ ਕਿ ਅੱਗੇ ਜਾ ਕੇ ਕਾਲਜ ਦਾ ਬੜਾ ਨਾਮ ਰੋਸ਼ਨ ਕਰੇਗਾ ਦੇਸ਼ ਦਾ। ਜਿੱਥੇ ਸਾਡੇ ਕੋਲ ਇੱਕ ਵਿਸ਼ਾਲ ਕੈਂਪਸ ਹੈ ਉਸਦੇ ਵਿੱਚ ਅਕਾਦਮਿਕ ਗਤੀਵਿਧੀਆਂ ਦੇ ਵਿੱਚ ਜਿੱਥੇ ਵਿਦਿਆਰਥੀ ਆਪਣੀਆਂ ਮੱਲਾਂ ਮਾਰਦੇ ਨੇ, ਖੇਡਾਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੱਲਾਂ ਮਾਰੀਆਂ ਨੇ। ਇਸ ਵਿਸ਼ਾਲ ਕੈਂਪਸ ਦੇ ਵਿੱਚ ਸਾਡੇ ਕੋਲ ਬੜੀ ਆਧੁਨਿਕ ਤਕਨੀਕ ਦੇ ਨਾਲ ਤਿਆਰ ਕੀਤੇ ਹੋਏ ਇਨਫਰਾਸਟ੍ਰਕਚਰ ਜਿਵੇਂ ਕਿ 8-lane ਟਰੈਕ, ਇਨਡੋਰ ਸਟੇਡੀਅਮ, ਸਪੈਸ਼ ਕੋਰਟ, ਲਾਨ ਟੈਨਿਸ ਕੋਰਟ ਆਦਿ ਮੌਜੂਦ ਨੇ। ਇਹਨਾਂ ਦੇ ਵਿੱਚੋਂ ਵਿਦਿਆਰਥੀਆਂ ਨੇ ਵੱਖ ਵੱਖ ਹਿੱਸੇ ਖੇਡਾਂ ਦੇ ਵਿੱਚ ਤਿਆਰੀ ਕਰਕੇ ਵੱਖ ਵੱਖ ਹਿੱਸਿਆਂ ਦੇ ਵਿੱਚੋਂ ਮੱਲਾਂ ਮਾਰੀਆਂ ਨੇ। ਕੈਮਰਾਮੈਨ PK ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।